ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਪੁਲਿਸ ਵਰਤੀ ਜਾ ਰਹੀ ਹੈ ਅਨਫੋਰਚਨਟਲੀ ਪੂਰੇ ਸਾਡੇ ਮੁਲਕ ਦੇ ਵਿੱਚ ਪਹਿਲੇ ਵੀ ਸੀ ਹੁਣ ਵੱਧ ਗਿਆ ਹੈਗਾ ਪੁਲਿਸ ਦਾ ਜਿਹੜਾ ਹੈਗਾ ਪੋਲੀਟਿਸਾਈਜ਼ੇਸ਼ਨ ਤੇ ਸਰਟਨਲੀ ਹੋਇਆ ਹੈਗਾ ਦਿੱਲੀ ਪੁਲਿਸ ਨੇ ਐਫ ਆਈ ਆਰ ਦਰਜ ਕਰਤੀ ਪੰਜਾਬ ਪੁਲਿਸ ਤੇ ਕਿ ਇਹ ਕਿਡਨੈਪ ਕਰਕੇ ਲੈ ਕੇ ਜਾ ਰਿਹਾ ਹੈ ਕਿ ਇਹਦਾ ਆਧਾਰ ਕਿੰਨਾ ਹੈ ਸਾਨੂੰ ਪਤਾ ਲੱਗੇ ਕਿ ਇਸ ਹਾਂ ਤੋਂ ਬੰਡਾ ਬੰਦਾ ਜਿਹੜਾ ਹੈਗਾ ਕਿਡਨਾਪ ਕਰਕੇ 20 ਹਾਂ ਤੇ ਜਾ ਰਿਹਾ ਹੈਗਾ ਵਿਚਕਾਰ ਕੋਈ ਸਟੇਟਾਂ ਪੈਂਦੀਆਂ ਨੇ ਤੇ ਉਹਨਾਂ ਨੂੰ ਅਲਰਟ ਇਸ਼ੂ ਕੀਤਾ ਜਾਂਦਾ ਹੈਗਾ ਕਿ ਇਹ ਜਿਹੜਾ ਹੈਗਾ ਕਾਨੂੰਨ ਦੀ ਦੁਰਵਰਤਤ ਹੋਈ ਹੈਗੀ ਇਹ ਬੰਦਾ ਸਾਡਾ ਜਿਹੜਾ ਹੈਗਾ ਕਿਡਨਾਪ ਹੋ ਗਿਆ ਹੈਗਾ ਅਰੈਸਟ ਇਮ ਐਂਡ ਰਿਕਵਰ ਕੀ ਉਹਨਾਂ ਕੋਲੇ ਪਾਵਰ ਸੀ ਕਿ ਉਹ ਦੂਜੇ ਸੂਬੇ ਦੇ ਵਿੱਚ ਜਾ ਕੇ ਇੱਕ ਜਿਸ ਤੇ ਐਫ ਆਈ ਆਰ ਦਰਜਾ ਉਹਨੂੰ ਗ੍ਰਿਫਤਾਰ ਕਰ ਸਕਦੇ ਨੇ ਸੱਚੀ ਅਕਾਲ ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ ਅੱਜ ਦਾ ਪੂਰਾ ਦਿਨ ਤੇਜਿੰਦਰਪਾਲ ਬੱਗਾ ਦੇ ਨਾਮ ਰਿਹਾ ਕਿਉਂਕਿ ਪੰਜਾਬ ਪੁਲਿਸ ਦਿੱਲੀ ਜਾਂਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਰਸਤੇ ਦੇ ਵਿੱਚ ਹੁੰਦੇ ਹੋਏ ਕਿਉਂਕਿ ਹਰਿਆਣਾ ਆਉਣਾ ਸੀ ਹਰਿਆਣਾ ਪੁਲਿਸ ਉਹਨਾਂ ਨੂੰ ਰੋਕ ਲੈਂਦੀ ਹੈ ਔਰ ਉੱਥੋਂ ਫਿਰ ਦਿੱਲੀ ਪੁਲਿਸ ਆਉਂਦੀ ਹੈ ਦਿੱਲੀ ਪੁਲਿਸ ਉਹਨਾਂ ਨੂੰ ਵਾਪਸ ਦਿੱਲੀ ਲੈ ਜਾਂਦੀ ਹੈ ਵੈਸੇ ਸਮਝਣ 'ਚ ਘਟਨਾ ਇੰਨੀ ਕੀ ਹੈ ਪਰ ਇਸ ਦੇ ਵਿੱਚ ਇਹ ਮਾਮਲਾ ਹਾਈ ਪ੍ਰੋਫਾਈਲ ਹੋ ਗਿਆ ਹੁਣ ਇਹ ਮਾਮਲਾ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਵਿਚਾਲੇ ਹੋ ਗਿਆ ਇੱਕ ਪਾਸੇ ਸੂਬਿਆਂ ਦੀਆਂ ਜੋ ਸਰਕਾਰਾਂ ਔਰ ਦੂਜੇ ਪਾਸੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਔਰ ਦਿੱਲੀ ਪੁਲਿਸ ਹੁਣ ਉਹਨਾਂ ਦੇ ਆਪੋ ਆਪਣੇ ਕੁਝ ਸ਼ਕਤੀਆਂ ਹੁੰਦੀਆਂ ਉਹਨਾਂ ਕੋਲੇ ਕੁਝ ਪਾਵਰਾਂ ਹੁੰਦੀਆਂ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਠੀਕ ਪੰਜਾਬ ਪੁਲਿਸ ਹੈ ਕਿੰਨੀ ਕੁ ਠੀਕ ਹਰਿਆਣਾ ਪੁਲਿਸ ਔਰ ਕਿੰਨੀ ਕੁ ਸਹੀ ਦਿੱਲੀ ਪੁਲਿਸ ਹੈ ਇਹ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਮੇਰੇ ਨਾਲ ਇਸ ਵੇਲੇ ਇਸ ਵਿਸ਼ੇ ਤੇ ਵਿਸਥਾਰ ਚ ਗੱਲਬਾਤ ਕਰਨ ਦੇ ਲਈ ਸਾਬਕਾ ਡੀਜੀਪੀ ਸਾਹਿਬ ਸ਼ਸ਼ੀਕਾਂਤ ਜੀ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਪੁਲਿਸ ਦਾ ਸਟਰਕਚਰ ਬਿਲਕੁਲ ਪੂਰੇ ਤਰੀਕੇ ਨਾਲ ਸਮਝਦੇ ਆ ਉਹਨਾਂ ਦੀਆਂ ਸ਼ਕਤੀਆਂ ਕੀ ਨੇ ਕੀ ਉਹਨਾਂ ਕੋਲੇ ਪਾਵਰ ਸੀ ਕਿ ਉਹ ਦੂਜੇ ਸੂਬੇ ਦੇ ਵਿੱਚ ਜਾ ਕੇ ਇੱਕ ਜਿਸ ਤੇ ਐਫ ਆਈ ਆਰ ਦਰਜਾ ਉਹਨੂੰ ਗ੍ਰਿਫਤਾਰ ਕਰ ਸਕਦੇ ਆ ਸਰ ਬਹੁਤ ਬਹੁਤ ਸਵਾਗਤ ਸਭ ਤੋਂ ਬਹੁਤ 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 ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਇਸ ਮਾਮਲੇ ਨੂੰ ਕਿਵੇਂ ਸਮਝ ਰਹੇ ਹੋ ਹੁਣ ਤੱਕ ਦੇਖੋ ਮੈਂ ਮਾਮਲਾ ਜਿਹੜਾ ਹੈਗਾ ਹੁਣ ਤੇ 100% ਪੋਲਿਟੀਕਲ ਹੋ ਗਿਆ ਹੈਗਾ ਪਰ ਜਿਹੜਾ ਬੇਸਿਕ ਫਰੇਮਵਰਕ ਹੈਗਾ ਹੈ ਸਾਡੀ ਜਿਹੜੀ ਅਸੀਂ ਗਵਰਨ ਹੁੰਦੇ ਹੈਗੇ ਨੇ ਆਈ ਪੀਸੀ ਸੀ ਆਰ ਪੀਸੀ ਵਗੈਰਾ ਦੇ ਸਰ ਦੇ ਕਾਨੂੰਨ ਜਿਹੜੇ ਹੈਗੇ ਨੇ ਉਹਨਾਂ ਤੋਂ ਹੀ ਨਾਲ ਹੀ ਅਸੀਂ ਗਵਰਨ ਹੁੰਦੇ ਹੈਗੇ ਨੇ ਜੀ ਇਸ ਸਬੰਧ ਦੇ ਵਿੱਚ ਇਹ ਮਾਮਲੇ ਆਉਂਦੇ ਨੇ ਸੀ ਆਰ ਪੀਸੀ ਦੇ ਥੱਲੇ ਜੀ ਸੀ ਆਰ ਪੀਸੀ ਦਾ ਇੱਕ ਜਿਹੜਾ ਲੇਟ ਡਾਊਨ ਪ੍ਰੋਸੀਜਰ ਹੈਗਾ ਹੈ ਉਹ ਇਹ ਹੈਗਾ ਕਿ ਜੇ ਇਹ ਥਾਂ ਤੇ ਕਿਸੇ ਬੰਦੇ ਦੇ ਖਿਲਾਫ ਕੋਈ ਪਰਚਾ ਦਰਜ ਹੋਇਆ ਹੈਗਾ ਜੀ ਬੰਦਾ ਰਹਿੰਦਾ ਹੈਗਾ ਬੀ ਥਾਂ ਤੇ ਹੂੰ ਤਾਂ ਇਹ ਥਾਂ ਤੇ ਜਦੋਂ ਪਰਚਾ ਹੋ ਗਿਆ ਹੈਗਾ ਤੇ ਆਪਣਾ ਵਾਰੈਂਟ ਜਾਂ ਕੋਈ ਵੀ ਕਾਗਜ਼ ਪੱਤਰ ਲੈ ਕਰਕੇ ਇਹ ਸਟੇਟ ਦੀ ਟੀਮ ਜਿਹੜੀ ਹੈਗੀ ਹੈ ਵੀ ਸਟੇਟ ਵਿੱਚ ਜਾਏਗੀ ਜਾਏਗੀ ਉੱਥੇ ਜਿਸ ਇਲਾਕੇ ਦੇ ਵਿੱਚ ਬੰਦਾ ਰਹਿੰਦਾ ਹੈਗਾ ਉਸ ਇਲਾਕੇ ਦੀ ਜਿਹੜਾ ਪੁਲਿਸ ਸਟੇਸ਼ਨ ਹੈਗਾ ਉਹਨਾਂ ਨੂੰ ਕੰਟੈਕਟ ਕਰੇਗੀ ਉਹਨਾਂ ਨੂੰ ਦਿਖਾਏਗੀ ਕਿ ਕਿਹੜੇ ਕੇਸ ਦੇ ਵਿੱਚ ਇਨਵੋਲ ਹੈਗਾ ਹੈ ਵਾਰੈਂਟ ਹੈਗਾ ਹੈ ਕਿ ਕੁਝ ਹੈਗਾ ਉਹਨਾਂ ਨੂੰ ਦਿਖਾਏਗੀ ਪੂਰੀ ਉਹਨੂੰ ਦਿਖਾਉਣ ਦੇ ਬਾਅਦ ਫਿਰ ਜੋ ਕਲਪ ਜਿਹਦੇ ਖਿਲਾਫ ਪਰਚਾ ਦਰਜ ਹੋਇਆ ਹੈਗਾ ਉਹਨਾਂ ਦੇ ਕਰ ਜਾਏਗੀ ਲੋਕਲ ਪੁਲਿਸ ਦੀ ਮਦਦ ਲੈਂਦੇ ਹੋਏ ਉਹਨਾਂ ਨੂੰ ਨਾਲ ਵੀ ਲੈ ਸਕਦੇ ਆ ਨਾਲ ਹੀ ਲੈ ਜਾਣਾ ਨਾਲ ਹੀ ਲੈ ਜਾਣਾ ਪੈਂਦਾ ਹੈਗਾ ਜਿਹੜਾ ਹਾਈ ਪ੍ਰੋਫਾਈਲ ਕੇਸ ਹੈਗਾ ਤੇ ਲਿਜਾ ਕਰਕੇ ਉੱਥੇ ਜਾ ਕਰਕੇ ਉਹਨੂੰ ਅਰੈਸਟ ਕਰਨਾ ਹੈਗਾ ਜਦੋਂ ਅਰੈਸਟ ਹੋ ਜਾਂਦੀ ਹੈ ਅਰੈਸਟ ਦੇ ਸੰਬੰਧ ਵਿੱਚ ਜਿਹੜੀ ਗਾਈਡਲਾਈਨਸ ਹੈਗੀਆਂ ਨੇ ਕੋਈ ਬੰਦਾ ਹੋਣਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਹੈਗਾ ਕਿਹੜਾ ਮੈਮੋ ਬੰਨਣਾ ਕਿਹੜਾ ਮੈਮੋ ਨਹੀਂ ਬੰਨਾਇਓ ਸਾਰੀ ਗੱਲਾਂ ਹੁੰਦੀਆਂ ਨੇ ਉਹਦੇ ਜਾਣਦਾ ਕਿ ਮਤਲਬ ਹੈ ਨਹੀਂ ਉਨੂੰ ਅਰੈਸਟ ਕਰਨ ਦੇ ਬਾਅਦ ਉਸ ਬੰਦੇ ਨੂੰ ਲੋਕਲ ਪੁਲਿਸ ਦੀ ਮਦਦ ਦੇ ਨਾਲ ਜਾਂ ਲੋਕਲ ਮੈਜਿਸਟ੍ਰੇਟ ਹੈਗਾ ਉਹਦੇ ਮੂਰਤ ਪੇਸ਼ ਕਰਨਾ ਪੈਂਦਾ ਹੈਗਾ ਉਸੇ ਸਟੇਟ ਦੇ ਅੰਦਰ ਹੀ ਉਸੇ ਉਸੇ ਇਲਾਕੇ ਦੇ ਉਸ ਇਲਾਕੇ ਦੇ ਉਸ ਇਲਾਕੇ ਦਾ ਜਿਹੜਾ ਮੈਜਿਸਟ੍ਰੇਟ ਹੈਗਾ ਉਹਦੇ ਮੂਰਤ ਪੇਸ਼ ਕਰਨਾ ਪੈਂਦਾ ਹੈ ਕਰਤਾਰ ਕਰਨ ਤੋਂ ਪਹਿਲਾਂ ਆਪਣੇ ਸੂਬੇ 'ਚ ਲਿਆਉਣ ਤੋਂ ਪਹਿਲਾਂ ਏਸ ਉੱਥੇ ਪੇਸ਼ ਕਰਨਾ ਪੇਸ਼ ਕਰਨਾ ਜੀ ਪੇਸ਼ ਕਰਨ ਦੇ ਬਾਅਦ ਇੱਕ ਹੁੰਦੀ ਹੈ ਚੀਜ਼ ਟਰਾਂਜ਼ਿਟ ਰਿਮੈਂਡ ਕਿ ਇਹਨੂੰ ਤੁਹਾਨੂੰ ਇਸ ਸਟੇਟ ਦੀ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈਗਾ ਇਸ ਕਮਲੇ ਕਿ ਇਹਨਾਂ ਨੂੰ ਤੁਸੀਂ ਆਪਣੀ ਸਟੇਟ ਵਿੱਚ ਲਿਜਾ ਕਰਕੇ ਲੀਗਲ ਕਾਰਵਾਈ ਕਰੋ ਕਰੋ ਇਹ ਹੈਗਾ ਸੀ ਆਰ ਪੀ ਸੀ ਦਾ ਲੇਟ ਡਾਊਨ ਪ੍ਰੋਸੀਜਰ ਬੁਰਾ ਜੀ ਤੇ ਇਹਦੇ ਚ ਕਿੰਨੀ ਇਹਦੇ ਚ ਇਹਨੰ ਮਨ ਪਾਲਨਾ ਹੋਈ ਕਿੰਨੀ ਨਹੀਂ ਆ ਹੋਈ ਅਨਫੋਰਚਨਟਲੀ ਸਾਰੀ ਗੱਲਾਂ ਜਿਹੜੀ ਹੈਗੀ ਹਨ ਪੋਲਿਟੀਕਲ ਅਰੀਨਾ ਵਿੱਚ ਚਲੀ ਗਈਆਂ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਹੈਗਾ ਕੋਈ ਕਹਿੰਦਾ ਲੋਕਲ ਪੁਲਿਸ ਗਈ ਸੀ ਨਹੀਂ ਗਈ ਸੀ ਇਸ ਟੋਟਲ ਕਨਫਿਊਜ਼ਨ ਮੈਂ ਤੁਹਾਨੂੰ ਬੇਸਿਕ ਜਿਹੜਾ ਕਾਨੂੰਨ ਹੈਗਾ ਸੀ ਆਰ ਪੀ ਸੀ ਦਾ ਉਹ ਮੈਂ ਤੁਹਾਨੂੰ ਬਿਲਕੁਲ ਕਲੀਅਰਲੀ ਦੱਸ ਦਿੱਤਾ ਜਦੋਂ ਇਹ ਗ੍ਰਿਫਤਾਰੀ ਹੋ ਜਾਂਦੀ ਹੈ ਤੇਜਿੰਦਰਪਾਲ ਬੱਗਾ ਦੀ ਪੁਲਿਸ ਇਹ ਦੱਸਣ ਦੇ ਮਤਲਬ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਸੀ ਕਿ ਲੋਕਲ ਪੁਲਿਸ ਦਾ ਕੋਈ ਵੀ ਅਧਿਕਾਰੀ ਉਹਨਾਂ ਨਾਲ ਨਹੀਂ ਸੀ ਉੱਥੇ ਪੰਜਾਬ ਪੁਲਿਸ ਸੀ ਪੰਜਾਬ ਪੁਲਿਸ ਸਵੇਰੇ ਸਵੇਰੇ ਜਾਂਦੀ ਹੈ ਛਾਪਾ ਮਾਰਦੀ ਹੈ ਤੇਜਿੰਦਰਪਾਲ ਬੱਗਾ ਨੂੰ ਆਪਣੇ ਨਾਲ ਲੈਂਦੀ ਹੈ ਔਰ ਉਹ ਹਰਿਆਣਾ ਦੇ ਵਿੱਚ ਦੀ ਹੁੰਦੇ ਹੋਏ ਆਉਣ ਲੱਗਦੇ ਆ ਹੁਣ ਮਾਮਲਾ ਸੀ ਦਿੱਲੀ ਪੁਲਿਸ ਦਾ ਦਿੱਲੀ ਪੁਲਿਸ ਰੋਕਦੀ ਇਸ ਮਾਮਲੇ ਦੇ ਵਿੱਚ ਜੇਕਰ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਫਿਰ ਦਿੱਲੀ ਪੁਲਿਸ ਰੋਕਦੀ ਫਿਰ ਹਰਿਆਣਾ ਪੁਲਿਸ ਨੇ ਕਿਉਂ ਰੋਕਿਆ ਹਰਿਆਣਾ ਪੁਲਿਸ ਦਾ ਰੋਕਣਾ ਬਣਦਾ ਹੁੰਦਾ ਹੈ ਇਸ ਤੱਕ ਕਿਸੇ ਹੋਰ ਸੂਬੇ ਦੀ ਪੁਲਿਸ ਜਾਨੀ ਰੋਕ ਸਕਦੀ ਹੈ ਰਸਤੇ ਦੇ ਵਿੱਚ ਕਿ ਤੁਸੀਂ ਗਲਤ ਕਰਕੇ ਆ ਰਹੇ ਹੋ ਦੇਖੋ ਫਿਰ ਮੈਂ ਕਿਹਾ ਕਿ ਇਹ ਸਾਰਾ ਗੱਲ ਜੜੀ ਹੈਗੀ ਇਹ ਪੋਲੀਟਿਕਾਈਜ਼ ਹੋ ਗਈ ਪੂਰੀ ਗੱਲ ਸਾਫ਼ ਨਹੀਂ ਹੈਗੀ ਹੈ ਜਿਹੜਾ ਕਲੇਮ ਕਰ ਰਹੀ ਹੈਗੀ ਹਰਿਆਣਾ ਪੁਲਿਸ ਉਹ ਕਹਿ ਰਹੀ ਹੈਗੀ ਦਿੱਲੀ ਦੇ ਵਿੱਚ ਕਿਸਨੇ ਕੰਪਲੇਨ ਕਰਾਇਆ ਕਿ ਸਾਡਾ ਬੰਦਾ ਜਿਹੜਾ ਹੈਗਾ ਇਹਨੂੰ ਕੁਝ ਅਨਪਛਾਤੇ ਬੰਦੇ ਕਿਡਨਾਪ ਕਰਕੇ ਲੈ ਗਏ ਹੈਗੇ ਨੇ ਕਿਉਂਕਿ ਇਹ ਵੀ ਅਲੀਗੇਸ਼ਨ ਹੈਗਾ ਹੈ ਕਿ ਸ਼ਾਇਦ ਪੰਜਾਬ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਯਾ ਕਿ ਉਹ ਵਰਦੀ ਸੰ ਕੀ ਨਹੀਂ ਸੰਦ ਉੱਥੇ ਹੋਇਆ ਕਿ ਬੰਦਾ ਕਿਡਨਾਪ ਕਰਕੇ ਚਲਾ ਗਿਆ ਜਦੋਂ ਕਿਡੈਪਿੰਗ ਹੋਈ ਹੈ ਕਿ ਨਹੀਂ ਹੋਈ ਇਹ ਮੈਨੂੰ ਨਹੀਂ ਪਤਾ ਫਿਰ ਮੈਂ ਕਹਿ ਰਿਹਾ ਇਸ ਮਸਲੇ 'ਚ ਨਹੀਂ ਪੈਣਾ ਚਾਹੁੰਦਾ ਪਰ ਜੇ ਲੀਗਲੀ ਸਪੀਕਿੰਗ ਸਾਨੂੰ ਪਤਾ ਲੱਗੇ ਕਿ ਇਸ ਹਾਂ ਤੋਂ ਬੰਡਾ ਬੰਦਾ ਜਿਹੜਾ ਹੈਗਾ ਕਿਡਨਾਪ ਕਰਕੇ 20 ਹਾਂ ਤੇ ਜਾ ਰਿਹਾ ਹੈਗਾ ਵਿਚਕਾਰ ਕੋਈ ਸਟੇਟਪੈਂਦੀਆਂ ਨੇ ਤੇ ਉਹਨਾਂ ਨੂੰ ਅਲਰਟ ਇਸ਼ੂ ਕੀਤਾ ਜਾਂਦਾ ਹੈਗਾ ਕਿ ਇਹ ਜਿਹੜਾ ਹੈਗਾ ਕਾਨੂੰਨ ਦੀ ਦੁਰਵਰਤਤ ਹੋਈ ਹੈਗੀ ਇਹ ਬੰਦਾ ਸਾਡਾ ਜਿਹੜਾ ਹੈਗਾ ਕਿਡਨਾਪ ਹੋ ਗਿਆ ਹੈਗਾ ਅਰੈਸਟ ਹਿਮ ਐਂਡ ਰਿਕਵਰ ਹਿਮ ਜੀ ਤੇ ਅਰੈਸਟ ਕਰਕੇ ਰਿਕਵਰ ਕਰੋ ਨੂੰ ਉਹਦੇ ਬਾਅਦ ਜਿਹੜੀ ਲੋਕਲ ਲੀਗਲ ਪ੍ਰੋਸੀਡਿੰਗਸ ਹੈਗੀਆਂ ਨੇ ਕੁਝ ਖਾਨਾ ਪੱਤਰ ਉੱਥੇ ਵੀ ਕਰਨੀ ਪੈਂਦੀ ਹੈਗੀ ਕਿ ਹਾਂ ਜੀ ਇਹ ਬੰਦਾ ਕੋਈ ਗੁੰਡੇ ਜਿਹੜੇ ਹੈਗੇ ਨੇ ਪਾਰਟੀ ਹੈਗੀ ਹੈ 테러ਰਿਸਟ ਹੈਗੇ ਨੇ ਮਿਲੀਟੈਂਟ ਹੈਗੇ ਨੇ ਵਾਟਐਵਰ ਕਿ ਬੰਦੇ ਨੂੰ ਸਾਨੂੰ ਉਤਲਾ ਇਹ ਸਟੇਟ ਤੋਂ ਉਤਲਾ ਮਿਲੀ ਸੀ ਕਿਡਨੈਪ ਕਰਕੇ ਜਾ ਰਿਹਾ ਅਸੀਂ ਨੂੰ ਛੁਡਾ ਲੇਤਾ ਹੈਗਾ ਤੇ ਲੋਕਲ ਵੀ ਕੋ ਕਾਰਵਾਈ ਕਰਨੀ ਪੰਦੀ ਹੈਗੀ ਅਸੀਂ ਰਿਕਵਰ ਕੀਤਾ ਮੈਜਿਸਟ੍ਰੇਟ ਨੂੰ ਦੱਸਣਾ ਹੈਗਾ ਵਾਟਐਵਰ ਇਟ ਇਜ਼ ਉਹ ਸਾਰਾ ਵੀ ਫੋਲੋ ਕਰਨਾ ਪੈਂਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਆਪਾਂ ਹੁਣ ਜ਼ਿਕਰ ਕਰ ਰਹੇ ਹਾਂ ਕਿ ਦਿੱਲੀ ਪੁਲਿਸ ਨੇ ਐਫ ਆਈ ਆਰ ਦਰਜ ਕਰਤੀ ਪੰਜਾਬ ਪੁਲਿਸ ਤੇ ਕਿ ਇਹ ਕਿਡਨੈਪ ਕਰਕੇ ਲੈ ਕੇ ਜਾ ਰਿਹਾ ਕਿ ਇਹਦਾ ਆਧਾਰ ਕਿੰਨਾ ਕ ਦੇਖੋ ਪੁਲਿਸ ਤੇ ਕੋਈ ਇਨਫੋਰਮੇਸ਼ਨ ਆਈ ਹੈਗੀ ਹੈ ਉਹਨਾਂ ਨੇ ਤੇ ਇਸ ਤਰ੍ਹਾਂ ਨੇਚਰ ਦੇ ਸ਼ਾਇਦ ਐਫਆਈਆਰ ਦਰਜ ਕਰ ਦਿੱਤਾ ਜਦੋਂ ਵੀ ਐਫਆਈਆਰ ਹੁੰਦਾ ਹੈਗਾ ਉਹਦੇ ਬਾਅਦ ਇਨਵੈਸਟੀਗੇਸ਼ਨ ਤੇ ਬੰਦਾ ਹੀ ਹੈਗਾ ਇੱਥੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਜੇ ਕੋਈ ਕ੍ਰਾਈਮ ਹੋ ਜਾਂਦਾ ਹੈ ਐਫਆਈਆਰ ਜਿਹੜਾ ਹੈਗਾ ਕਰਾਣਾ ਤੁਹਾਡਾ ਆਪਣਾ ਹੱਕ ਹੈਗਾ ਇੱਕ ਤਰੀਕੇ ਤੇ ਢਾਲ ਕੇ ਮੇਰੇ ਨਾਲ ਇਹ ਗਲਤ ਦੁਰਵਰਤੋਂ ਹੋਈ ਹੈ ਕਾਨੂੰਨ ਦੀ ਕਲਉਂਦੀ ਲੱਗਣਾ ਹੋਈ ਹੈ ਮੇਰੇ ਨਾਲ ਇਹ ਜਿਆਤੀ ਹੋਈ ਹੈਗੀ ਤੁਸੀਂ ਰਿਪੋਰਟ ਦਰਜ ਕਰੋ ਉਦੇ ਬਾਅਦ ਨੈਚੁਰਲੀ ਤੇ ਇਨਵੈਸਟੀਗੇਸ਼ਨ ਵੀ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਹਾਂ ਅਬ ਡੈਲੀ ਪੁਲਿਸ ਨੇ ਕਿੰਨਾ ਇਹਨੂੰ ਸੀਰੀਅਸਲੀ ਲਿੱਤਾ ਕਿੰਨਾ ਸੀਰੀਅਸਲੀ ਨਹੀਂ ਲਿੱਤਾ ਪਰ ਜਦੋਂ ਉਹਨਾਂ ਨੇ ਲਾਕਾ ਰੌਲਾ ਪਾ ਦਿੱਤਾ ਕਿਡਨਾਪਿੰਗ ਕਿਡਨਾਪਿੰਗ ਤਾਂ ਉਹਦੀ ਸੂਰਤ ਹੀ ਬਦਲ ਜਾਂਦੀ ਹੈਗੀ ਕਨਪਛਾਦੇ ਬੰਦੇ ਕਿਡਨਾਪ ਕਰਕੇ ਲੈ ਗਏ ਮਨੂੰ ਨਹੀਂ ਪਤਾ ਉਹਨਾਂ ਦਾ ਫਾਇਦਾ ਵਿੱਚ ਕੀ ਹੈਗਾ ਮੈਂ ਜਿਹੜਾ ਮੈਂ ਸੁਣ ਰਿਹਾ ਹੈਗਾ ਸੋਸ਼ਲ ਮੀਡੀਆ ਤੇ ਉਹਦੇ ਉੱਤੇ ਉਹਨਾਂ ਨੇ ਸ਼ਾਇਦ ਇਹ ਕਿਹਾ ਕਿ ਅਨਪਛਾਦੇ ਬੰਦੇ ਜਾਂ ਕੋਈ ਵੀ ਹਸਨ ਨੂੰ ਕਿਡਨਾਪ ਕਰਕੇ ਲੈ ਗਏ ਉਹਦੇ ਬਾਅਦ ਇਹ ਸਾਰਾ ਹੋ ਗਿਆ ਹੁਣ ਪੰਜਾਬ ਪੁਲਿਸ ਨੇ ਜਿਹੜਾ ਹੈਗਾ ਸ਼ਹਿਰ ਹਾਈ ਕੋਰਟ ਚ ਰਿਟ ਪਟੀਸ਼ਨ ਪਾਈ ਹੈਗੀ ਹੈ ਇਹ ਵੀ ਸਕੋਰਪਸ ਦੀ ਇਹ ਬੰਦੇ ਜਿਹੜੇ ਹੈਗੇ ਨੇ ਸਾਡੇ ਪੰਜਾਬ ਹਰਿਆਣਾ ਪੁਲਿਸ ਨੇ ਫੜ ਲਿੱਤੇ ਹੈਗੇ ਨੇ ਇਹਨਾਂ ਨੂੰ ਛੁਡ ਕੇ ਸਾਡੇ 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 ਮੂਹਰੇ ਪੇਸ਼ ਕੀਤੇ ਜਾਣ ਤੇ ਇਹ ਵੀ ਜਾ ਰਿਹਾ ਹੈਗਾ ਇਹਦੇ ਚ ਮੈਂ ਇੱਕ ਗੱਲ ਕਹਿਣਾ ਚਾਹਨਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਇਸ ਤਰ੍ਹਾਂ ਦੀ ਬੜੀ ਗੱਲਾਂ ਹੋਣੀ ਸ਼ੁਰੂ ਹੋ ਗਈਆਂ ਹੈਗੀਆਂ ਨੇ ਕਿ ਸੋਸ਼ਲ ਮੀਡੀਆ ਤੇ ਕਦੇ ਕੋਈ ਕਿਥੇ ਕਿਸੇ ਨੇ ਕੋਈ ਐਂਟਰੀ ਕਰ ਦਿੱਤੀ ਕਿਸੇ ਦਿਵਾਰੇ ਬੰਦਾ ਕਿੱਥੇ ਬੈਠਾ ਹੋਇਆ ਹੈਗਾ ਉਹਨੇ ਲੋਕਲ ਪੁਲਿਸ ਨੂੰ ਕੰਪਲੇਨਟ ਕਰ ਦਿੱਤਾ ਲੋਕਲ ਪੁਲਿਸ ਉਹਨੂੰ ਚੱਕ ਕੇ ਲੈ ਗਈ ਇਹ ਬੜਾ ਆਮ ਜਿਹੀ ਘਟਨਾਵਾਂ ਆਲਮੋਸਟ ਰੋਜ਼ ਹੀ ਅਖਬਾਰਾਂ ਸੁਣਨ ਨੂੰ ਮਿਲਦੀ ਹੈਗੀ ਯਾਨੀ ਕਿ ਇਹਨੂੰ ਚੱਕ ਕੇ ਲੈ ਗਏ ਇਹਨੂੰ ਚੱਕ ਕੇ ਲੈ ਗਏ ਮੈ ਸਮਝਣਾ ਹੈਗਾ ਕਿ ਉਹ ਸਮਾਂ ਆ ਗਿਆ ਹੈ ਜਦੋਂ ਕਿ ਸਾਡੀ ਅਦਾਲਤਾਂ ਨੂੰ ਵੀ ਇੰਟਰਫੇਅਰ ਕਰਨਾ ਪਵੇਗਾ ਕਿ ਇਸ ਤਰ੍ਹਾਂ ਦੀ ਗੱਲਾਂ ਦੇ ਵਿੱਚ ਕਿਸ ਹੱਦ ਤੱਕ ਜਾ ਸਕਦਾ ਹੈਗਾ ਬੰਦਾ ਔਰ ਜਿਹੜਾ ਇੰਟਰ ਸਟੇਟ ਜਿਹੜਾ ਪੁਲਿਸ ਰਿਲੇਸ਼ਨਸ ਹੈਗੇ ਨੇ ਇੱਕ ਸਟੇਟ ਦੀ ਸਟੇਟ ਦੀ ਪੁਲਿਸ ਦੂਜੀ ਸਟੇਟ ਦਾ ਪੁਲਿਸ ਪ੍ਰੋਸੀਜਰ ਸੀਆਰਪ ਦਾ ਲੇਡਾਊਨ ਹੈਗਾ ਪਰ ਅਸਲੀ ਤਰੀਕੇ ਇੰਨਾ ਕਨਫਿਊਜ਼ਨ ਖੜਾ ਹੋ ਗਿਆ ਜਿਹਦੇ ਬਾਰੇ ਸਾਨੂੰ ਜਿਹੜਾ ਕੋਰਟ ਦੀ ਡਿਸੀਜਨਸ ਜਿਹੜੇ ਹੈਗੇ ਨੇ ਉਹਨਾਂ ਦੀ ਲੋੜ ਹੈਗੀ ਆ ਉਹ ਸਾਨੂੰ ਚਾਹੀਦੇ ਹੋਣਗੇ ਆਧਾਰ ਪੰਜਾਬ ਪੁਲਿਸ ਨੇ ਇਹ ਬਣਾਇਆ ਕਿ ਜਦੋਂ ਇਹ ਟਵੀਟ ਕੀਤਾ ਗਿਆ ਸੀ ਤੇਜਿੰਦਰ ਬੱਗਾ ਦੇ ਵੱਲੋਂ ਉਹ ਕਹਿੰਦੇ ਉਹਦੇ ਵਿੱਚ ਸ਼ਬਦਾਵਲੀ ਕੁਝ ਇਸ ਤਰ੍ਹਾਂ ਦੀ ਸੀ ਕਿ ਉਹ ਦੰਗਾ ਭੜਕਾਉਣ ਦੇ ਵੱਲ ਇਸ਼ਾਰਾ ਕਰ ਰਿਹਾ ਸੀਗਾ ਇਸ ਨੂੰ ਲੈ ਕੇ ਇਥੇ ਐਫਆਈਆਰ ਦਰਜ ਹੁੰਦੀ ਹੈ ਮੋਹਾਲੀ ਦੇ ਵਿੱਚ ਔਰ ਮੋਹਾਲੀ ਪੁਲਿਸ ਉਹਨਾਂ ਨੂੰ ਤਿੰਨ ਤੋਂ ਚਾਰ ਵਾਰ ਸੰਮਨ ਭੇਜਦੀ ਹੈ ਕਿ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਇਸ ਮਸਲੇ ਨੂੰ ਲੈ ਕੇ ਰਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਦੇ ਲਈ ਮਤਲਬ ਪੂਰਾ ਅਮਲਾ ਫੈਲਾ ਲੈ ਕੇ ਉੱਥੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਕਿੰਨੇ ਵਾਰ ਸੰਮਨ ਹੋ ਸਕਦਾ ਹੈ ਜੇ ਬੰਦਾ ਜੁਆਇਨ ਨਹੀਂ ਕਰ ਰਿਹਾ ਤਾਂ ਉਹਦਾ ਫਿਰ ਲਾਸਟ ਇਹੀ ਸਟੈਪ ਹੈ ਕਿ ਉਹਨੂੰ ਗ੍ਰਿਫਤਾਰੀ ਕੀਤਾ ਜਾਊਗਾ ਇਹ ਕਿੰਨੀ ਵਾਰੀ ਹੋਣਾ ਚਾਹੀਦਾ ਕਿੰਨੀ ਇਹ ਤੇ ਮੇਰੇ ਖਿਆਲ ਤੋਂ ਉਹਨੂੰ ਕਿ ਵਕੀਲ ਸਾਹਿਬ ਹੀ ਦੱਸ ਸਕਦੇ ਹੈਗੇ ਨੇ ਕਲੀਅਰਲੀ ਕੀ ਪੋਜੀਸ਼ਨ ਹੈਗੀ ਹੈ ਮੈਂ ਤੇ ਤੁਹਾਨੂੰ ਜਿਹੜੀ CrPC ਦਾ ਪ੍ਰੋਵੀਜ਼ਨ ਹੈਗਾ ਹੈ ਕਿ ਕਿਸ ਤਰੀਕੇ ਦੇ ਨਾਲ ਕੇਸ ਹੱਦ ਤੱਕ ਉਹ ਕੀ ਪ੍ਰੋਸੀਜਰ ਹੈਗਾ ਹੈ ਬੰਦੇ ਨੂੰ ਜਾ ਕੇ ਦੂਜੀ ਸਟੇਟ ਤੋਂ ਫੜੰਦਾ ਉਹ ਤੁਹਾਨੂੰ ਮਜਾਜ਼ ਦਿੱਤਾ ਹੈਗਾ ਬਾਕੀ ਜਿਸ ਤਰ੍ਹਾਂ ਪਹਿਲੇ ਵੈਂਤੀ ਕਰ ਚੁੱਕਿਆ ਹੈਗਾ ਸਾਰਾ ਮਸਲਾ ਇਨਾ ਕਨਫਿਊਜ਼ਨ ਵਾਲਾ ਕੁਝ ਸਹੀ ਗੱਲ ਪਤਾ ਹੀ ਨਹੀਂ ਲੱਗ ਰਹੀ ਕੀ ਹੈਗੀ ਇਹ ਤੁਸੀਂ ਕੀ ਕਮੈਂਟ ਕਰੋਗੇ ਊਂ ਵਿਦਆਊਟ ਗੈਟਿੰਗ ਇਨਵੋਲਵਡ ਯੋਰਸੈਲਫ ਇਸ ਕਰਕੇ ਇਹਦੇ ਤੇ ਮੈਂ ਤਾਂ ਕੋਈ ਕਮੈਂਟ ਕਰਦਾ ਨਹੀਂ ਕਿ ਮੈਨੂੰ ਪੂਰੀ ਫੈਕਚੁਅਲ ਪੋਜੀਸ਼ਨ ਪਤਾ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਸੀਆਰਪੀ ਦੇ ਵਿੱਚ ਇਹ ਪ੍ਰੋਸੀਜਰ ਹੈਗਾ ਜਿਹਨੂੰ ਕਿ ਇਨ ਬਿਨ ਜਦੀ ਪਾਲਣਾ ਕਰਨੀ ਬਣਦੀ ਸੀ ਕੀਤੀ ਨਹੀਂ ਕੀਤੀ ਕਿੰਨੀ ਵਾਰੀ ਸਮਨ ਹੋਇਆ ਕਿੰਨੀ ਵਾਰੀ ਸਮਨ ਨਹੀਂ ਹੋਇਆ ਉਹਦੇ ਬਾਰੇ ਮੈਨੂੰ ਪਤਾ ਨਹੀਂ ਨਾਂ ਮੈਂ ਕੁਝ ਕਹਿਣਾ ਚਾਹਨਾ ਹੈ ਸਰ ਸਰ ਇੱਕ ਸਵਾਲ ਸ਼ਾਇਦ ਤੁਸੀਂ ਇਹਦਾ ਜਵਾਬ ਜੇ ਦੇ ਸਕਦੇ ਹੋ ਤੁਸੀਂ ਸਿਸਟਮ 'ਚ ਰਹੇ ਹੋ ਸਿੱਧੇ ਤੌਰ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਨੇ ਜਿਹੜੀਆਂ ਭਾਜਪਾ ਦੀਆਂ ਆਪੋਜੀਸ਼ਨ ਨੇ ਉਹ ਕੁਝ ਹੋਰ ਕਹਿ ਰਹੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਆਪੋਜੀਸ਼ਨ ਪਾਰਟੀਆਂ ਨੇ ਉਹ ਕੁਝ ਹੋਰ ਕਹਿ ਰਹੀਆਂ ਉਹ ਕਹਿ ਰਹੀ ਹੈ ਕਿ ਪੁਲਿਸ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਪੁਲਿਸ ਵਰਤੀ ਜਾ ਰਹੀ ਹੈ ਕੀ ਅਜਿਹਾ ਵੀ ਕਦੇ ਹੁੰਦਾ ਹੈ ਹੋ ਸਕਦਾ ਹੁੰਦਾ ਹੈ ਕਿ ਪੰਜਾਬ ਪੁਲਿਸ ਜਾਂ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਡਿਪਾਰਟਮੈਂਟ ਐਨਾ ਕੁ ਹੋਵੇ ਕਿ ਸਰਕਾਰ ਨੂੰ ਜਿਵੇਂ ਮਰਜ਼ੀ ਵਰਤ ਸਕਦੀ ਹੈ ਕੀ ਪੰਜਾਬ ਪੁਲਿਸ ਕੋਲ ਇਹ ਅਧਿਕਾਰ ਹੈਗੇ ਆ ਜਾਂ ਕਿਸੇ ਵੀ ਪੁਲਿਸ ਕੋਲੇ ਅਧਿਕਾਰ ਹੁੰਦੇ ਆ ਕਿ ਗਲਤ ਕੰਮ ਕਰਨ ਤੋਂ ਜਾਂ ਜੋ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈਗਾ ਉਸ ਸਰਕਾਰ ਨੂੰ ਉਸ ਤੋਂ ਬਰਜ ਦੇ ਹੋਣ ਰੋਕ ਸਕਦੇ ਹੋਣ ਦੇਖੋ ਇਸ ਤੋੜਾ ਜਿਹੜਾ ਸਵਾਲ ਹੈਗਾ ਅਗੇਨ politcal ਹੈਗਾ ਮੈਚ ਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗਾ ਪਰ ਇਹ ਗੱਲ ਜ਼ਰੂਰ ਕਰਨਾ ਚਾਹਾਂਗਾ ਅਨਫੋਰਚਨਟਲੀ ਪੂਰੇ ਸਾਡੇ ਮੁਲਕ ਦੇ ਵਿੱਚ ਪਹਿਲੇ ਵੀ ਸੀ ਹੁਣ ਵੱਧ ਗਿਆ ਹੈਗਾ ਪੁਲਿਸ ਦਾ ਜਿਹੜਾ ਹੈਗਾ politisization ਤੇ ਸਰਟਨਲੀ ਹੋਇਆ ਹੈਗਾ ਕਿ ਜਿਹਦੇ ਚ ਹੈਗਾ politcal purposes ਲਈ ਪੁਲਿਸ ਨੂੰ ਇਸਤੇਮਾਲ ਕੀਤਾ ਜਾਣਾ ਇਹ ਤੇ ਸਰਟਨਲੀ ਹੋਇਆ ਹੈਗਾ ਇਹਦੇ ਬਾਰੇ ਤੇ ਮੈਂ ਕਹਿ ਸਕਣਾ ਹੈ ਕੋਈ ਦਿਸ਼ ਦੋ ਰਾਏ ਨਹੀਂ ਪਰ ਕੀ ਸੀਐਮ ਕਰ ਸਕਦਾ ਹੈਗਾ ਦੂਜੀ ਸਟੇਟ ਦਾ ਨਹੀਂ ਕਰ ਸਕਦਾ ਉਹਦੇ ਪੋਲੀਟੀਕਲ ਪਾਰਟੀ ਦੀ ਹੈਗੀ ਅਤੇ ਪੋਲੀਟੀਕਲ ਪਾਰਟੀ ਦੀ ਹੈਗੀ ਹੈ ਬੀਜੇਪੀ ਦੀ ਸਰਕਾਰ ਇੱਥੇ ਹੈਗੀ ਹੈ ਕਿਸੇ ਸਟੇਟ ਦੇ ਆਪਣੇ ਮੁੱਖ ਮੰਤਰੀ ਨੂੰ ਦੱਸ ਸਕਦੀ ਹੈ ਕਿਤੇ ਆਮ ਆਦਮੀ ਦੀ ਹੈਗੀ ਹੈ ਕਿਤੇ ਕਾਂਗਰਸ ਦੀ ਹੈਗੀ ਹੈ ਮੈਨੂੰ ਨਹੀਂ ਪਤਾ ਉਹਦੇ ਜ ਮੈਂ ਬਹੁਤ ਅਜੀਬ ਮੈਨੂੰ ਪੜਨਾ ਚਾਹੁੰਦਾ ਸੌਰੀ ਅਬਾਊਟ ਇਟ ਲਾਰ ਸਵਾਲ ਕਰਦਣਾ ਤਾਂ ਲਾਰ ਸਵਾਲ ਕਰ ਰਹੇ ਹਾਂ ਕਿ ਹੁਣ ਦਿੱਲੀ ਪੁਲਿਸ ਤਜਿੰਦਰ ਬੱਗਾ ਨੂੰ ਵਾਪਸ ਲੈ ਗਈ ਔਰ ਉੱਥੇ ਹੁਣ ਕੀ ਕਾਰਵਾਈ ਇਸ ਤੋਂ ਬਾਅਦ ਹੋ ਸਕਦੀ ਹੈ ਤੁਹਾਡੇ ਮੁਤਾਬਕ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਉਹਨਾਂ ਨੇ ਆਪਣੀ ਕਸਟਡੀ ਚ ਲਿਆ ਉੱਥੇ ਪੰਜਾਬ ਪੁਲਿਸ ਦੇ ਖਿਲਾਫ ਨਾਹਰੇਬਾਜ਼ੀ ਹੋਈ ਆ ਉਸ ਥਾਣੇ ਦੇ ਬਾਹਰ ਔਰ ਤਜਿੰਦਰ ਬੱਗਾ ਨੂੰ ਹਰਿਆਣਾ ਤੋਂ ਵਾਪਸ ਦਿੱਲੀ ਲਿਜਾਇਆ ਗਿਆ ਕੀ ਪੰਜਾਬ ਪੁਲਿਸ ਹੁਣ ਕੋਰਟ ਦੇ ਰਾਹੀਂ ਜਦੋ ਜਹਿਦ ਕਰੂਗੀ ਜਾਂ ਫਿਰ ਦਿੱਲੀ ਪੁਲਿਸ ਜੇ ਲੈ ਹੀ ਗਈ ਆ ਤਾਂ ਦਿੱਲੀ ਪੁਲਿਸ ਉਸ ਨੂੰ ਉਸ ਦੇ ਘਰ ਛੱਡੂਗੀ ਕੀ ਕਰੂਗੀ ਕੀ ਕਾਨੂੰਨ ਕੀ ਕਹਿੰਦਾ ਇਸ ਦੇ ਬਾਰੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਆਈ ਥਿੰਕ ਸ਼ਾਇਦ ਕੁਝ ਵਰ ਕੁਝ ਬਰੇ ਹੈਗੇ ਨੇ ਪਤਾ ਨਹੀਂ ਕਿਸ ਸੰ ਦੀ ਗੱਲ ਹੈਗੀ ਹੈ ਪਹਿਲੇ ਤੇ ਆਫਕੋਰਸ ਪਤਾ ਹੈਗਾ ਇੱਥੇ ਪੰਜਾਬ ਦਾ ਤੇ ਕੁਝ ਦੂਜੀ ਸਟੇਟਾਂ ਦਾ ਖਾਸ ਕਰਕੇ ਵੈਸਟ ਬੰਗਾਲ ਦਾ ਬੜਾ ਪੰਗਾ ਪਿਆ ਸੀ ਜੀ ਤਿਲਜਲਾ ਇਨਸੀਡੈਂਟ ਵਗੈਰਾ ਜਿੱਥੇ ਗਈਦੀ ਪੰਜਾਬ ਪੁਲਿਸ ਬੰਦੇ ਉਥੇ ਮਰ ਗਏ ਸੰਤੇ ਕੇ ਸੁਪਰੀਮ ਕੋਰਟ ਤੱਕ ਗਿਆ ਸੀ ਇਹ ਗੱਲ ਹੈਗੀ 93d ਜੀ ਉਹਦੇ ਬਾਅਦ 12 13 ਮਹੀਨੇ ਬਾਅਦ ਫਿਰ ਇਸ ਨਾਲ ਕੋਈ ਘਟਨਾ ਵਾਪਰੀ ਸੀ ਦੇ ਦੂਸਰੀ ਵਾਰੀ ਕੜਨਾ ਵਾ ਉਸ ਵੇਲੇ ਤੇ ਮੁੱਖ ਮੰਤਰੀ ਹੁੰਦਾ ਸਨ ਸਰਬੰਸ ਜੀ ਵੈਸਟ ਬੰਗਾਲ ਦੇ ਮੁੱਖ ਮੰਤਰੀ ਸਨ ਜਿਉਤੀ ਬਸ਼ੂ ਜੀ ਤਾਂ ਉਹਨ ਦੋਵਾਂ ਨੇ ਆਪਸ ਵਿੱਚ ਗੱਲ ਕਰਕੇ ਮਾਮਲੇ ਨੂੰ ਸੁਲਟਾ ਲਿੱਤਾ ਸੀ ਠੀਕ ਹੈ ਅਬ ਇੱਥੇ ਵੇਖੋ ਕੀ ਬਣਦਾ ਹੈਗਾ ਇੱਕ ਪਾਸੇ ਆਮ ਆਦੀ ਪਾਰਟੀ ਦੀ ਸਰਕਾਰ ਹੈਗੀ ਇੱਕ ਪਾਸੇ ਬੀਜੇਪੀ ਦੀ ਸਰਕਾਰ ਕੀ ਕਰਦੇ ਨ ਕੀ ਨਹੀਂ ਕਰਦੇ ਹੈਗੇ ਨੇ ਇੱਥੇ ਸਾਨੂੰ ਚਾਹੀਦਾ ਹੈਗਾ ਪੋਲਿਟਿਕਸ ਨਹੀਂ ਚਾਹੀਦੀ ਸਟੇਟਸਮੈਨਸ਼ਿਪ ਚਾਹੀਦੀ ਹੈਗੀ ਇੱਕ ਪੋਲਿਟਿਸ਼ੀਅਨ ਅਤੇ ਇੱਕ ਸਟੇਟਸਮੈਨ ਦੇ ਵਿੱਚ ਫਰਕ ਹੈਗਾ ਹੂੰ ਤੇ ਜਿਹੜੀ ਗੱਲ ਸੀ ਜੇਥੇ ਬਸ਼ੂ ਸਾਹਿਬ ਦੀ ਤੇ ਫਿਰ ਸਰ ਬਿਆਨ ਸਿੰਘ ਨੇ ਜਿਹੜਾ ਉਹਨਾਂ ਨੇ ਮਾਮਲੇ ਨੂੰ ਸੁਲਟਾਇਆ ਠੀਕ ਕੀਤਾ ਆਈ ਕਾਲ ਇਟ ਸਟੇਟਸਮੈਨਸ਼ਿਪ ਉਹਦੇ ਬਾਅਦ ਫਿਰ ਪੰਜਾਬ ਪੁਲਿਸ ਨੇ ਕੁਝ ਆਪਰੇਸ਼ਨਸ ਕੀਤੇ ਸਨ West Bengal ਦੇ ਵਿੱਚ ਪਰ ਉਸ ਵੇਲੇ ਉਹਨਾਂ ਨੇ ਪੰਜਾਬ ਪੁਲਿਸ ਦੀ ਟੀਮ ਵੀ ਗਈ ਸੀ ਪਰ ਜਿਹੜੇ ਵੀ ਆਪਰੇਸ਼ਨਸ ਉੱਥੇ ਹੋਏ ਸਨ ਉਹ ਉਹਨਾਂ ਨੇ ਕਰਾਈ ਸੀ ਉੱਥੇ ਮੌਜੂਦ ਸਨ ਬਟ West Bengal ਪੁਲਿਸ ਅਗੇ ਸੀ ਕਾਨੂੰਨ ਦੇ ਮੁਤਾਬਿਕ ਜਿਹੜੇ ਮੈਂ ਤੁਹਾਨੂੰ ਸੀਆਰਪੀਸ ਦਾ ਪ੍ਰੋਵੀਜ਼ਨ ਦੱਸੇ ਹੈਗੇ ਨੇ ਉਹ ਸਟੇਟਮੈਂਟ ਸਾਰਾ ਕੰਮ ਕੀਤਾ ਸੀ ਦੈਟਸ ਲਾਸਟ ਆਪਰੇਸ਼ਨ ਜਿਹੜਾ ਹੋਇਆ ਹੈ ਦੈਟ ਵਾਸ ਗੁੱਡ ਪਹਿਲੇ ਜਿਹੜੇ ਹੈਗੇ ਸਿੰਦੋ ਉਹ ਮਿਸਫਾਇਰ ਹੋ ਗਏ ਸਨ ਇੱਕ ਤੰਜਲਾ ਵਾਲਾ ਤੇ ਦੂਜਾ ਕਿਹੜਾ ਦਨ ਉਲਬਾਨੀਆ ਇਸ ਤਰ੍ਹਾਂ ਦੇ ਕੋਈ ਥਾਂ ਹੈਗੀ ਉਸ ਤਰ੍ਹਾਂ ਜਿਹੜੇ ਇਨਸੀਡੈਂਟਸ ਹੋਏ ਹੈਗੇ ਇਨ ਵੈਸਟ ਬੰਗਾਲ ਦੇ ਤੇ ਉਹ ਹੈਗੇ ਨੇ ਤੇ ਇਹਦੇ ਚ ਹੈਗਾ ਕਿ ਇਹ ਜੇ ਮਸਲਾ ਹੈਗਾ ਕਿ ਇਹਦੇ ਚ ਪੁਲਿਸ ਦੀ ਛਵੀ ਖਰਾਬ ਹੁੰਦੀ ਹੈ ਚੰਗੀ ਹੁੰਦੀ ਹੈ ਨਾ ਰੱਬ ਜਾਣੇ ਪਰ ਜਿਹੜੇ ਵੀ ਕੰਸਰਨ ਪੋਲੀਟੀਸ਼ੀਅਨਸ ਹੈਗੇ ਨੇ ਉਹਨੂੰ ਚਾਹੀਦਾ ਹੈਗਾ ਕਿ ਪੋਲੀਟੀਸ਼ੀਅਨ ਨਾ ਹੁੰਦੇ ਉਹਨੂੰ ਸਟੇਟਸਮੈਨ ਤਰੀਕੇ ਦੇ ਨਾਲ ਸਟੇਟਸਮੈਨਸ਼ਿਪ ਦੇ ਨਾਲ ਇਹਨੂੰ ਸੁਲਟਾਓ ਇਹਨੂੰ ਸਿੱਧਾ ਕਰੋ ਤੇ ਇੱਕ ਅਮਨ ਇੱਕ ਜਿਹੜਾ ਸੈਂਬਲੈਂਸ ਹੈਗਾ ਕਿ ਹਾਂ ਜੀ ਸਾਡਾ ਕੋਲ ਇੱਥੇ ਰੂਲ ਆਫ ਲਾਅ ਹੈਗਾ ਸਾਰੇ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਦੇ ਹੈਗੇ ਨੇ let that be there ਸਰ ਸਰ ਇੱਕ ਲਾਸਟ ਥਿੰਗ ਮੈਨੂੰ ਯਾਦ ਆ ਰਹੀ ਸੀ अरविंद केजरीवाल ਕਹਿੰਦੇ ਨੇ ਕਿ ਉਹਨਾਂ ਦੇ ਅੰਡਰ ਪੁਲਿਸ ਨਹੀਂ ਹੈਗੀ ਉਹਨਾਂ ਨੇ ਜੋ ਐਫ ਆਈ ਆਰ ਕਿਸੇ ਤਰੀਕੇ ਦੀ ਵੀ ਦਿੱਲੀ ਦੇ ਵਿੱਚ ਕਰਵਾਉਣੀ ਆ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਖਿਲਾਫ ਉਹ ਕੁਝ ਕਰਨਾ ਚਾਹੁੰਦੇ ਆ ਉਹਨਾਂ ਦੇ ਹੱਥ-ਵਸ ਨਹੀਂ ਹੈਗਾ ਦਿੱਲੀ ਪੁਲਿਸ ਕਰਦੀ ਨਹੀਂ ਕਿਉਂਕਿ ਉਹ ਕੇਂਦਰ ਦੀ ਪੁਲਿਸ ਹੈ ਔਰ ਕੇਂਦਰ ਦੇ ਵਿੱਚ ਬੀ ਜੀ ਪੀ ਆ ਦੋਨੋਂ ਆਪੋਜ਼ਿਟ ਪਾਰਟੀਆਂ ਹੈਗੇ ਨਹੀਂ ਕੀ ਜੇ ਜੇ ਕਿਸੇ ਵੀ ਤਰ੍ਹਾਂ ਦੀ ਐਫ ਆਈ ਆਰ ਕੋਰਟ ਦੇ ਵਿੱਚ ਜਾ ਕੇ ਜੇ ਤੁਸੀਂ ਰਿਕੁਐਸਟ ਕਰਦੇ ਹੋ ਤਾਂ ਫਿਰ ਐਫ ਆਈ ਆਰ ਦਰਜ ਹੋ ਜਾਂਦੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਕਿ ਇਹ ਫਿਰ ਆਮ ਆਦਮੀ ਪਾਰਟੀ ਅਜਿਹਾ ਕਿਉਂ ਨਹੀਂ ਕਰ ਰਹੀ ਇਹ ਤੁਹਾਨੂੰ ਸਵਾਲ ਨਹੀਂ ਵੈਸੇ ਮੈਂ ਮਤਲਬ ਇਹ ਚੀਜ਼ ਤੁਹਾਨੂੰ ਤਾਂ ਬਤਾ ਕਿੰਨੀ ਵਾਰੀ ਇਸ ਤਰ੍ਹਾਂ ਹੋ ਚੁੱਕਾ ਹੈ ਕੋਰਸ ਨੇ ਹਦਾਇਤ ਦਿੱਤੀ ਹੈਗੀ ਪਰਚਾ ਹੋਣਾ ਚਾਹੀਦਾ ਹੈਗਾ ਤੇ ਪਰਚਾ ਹੁੰਦਾ ਹੈਗਾ ਫਿਰ ਸੋ ਸਰਟਨਲੀ ਇਹ ਸਕੋਰਸ ਦਾ ਕੁਲ ਪਾਵਰ ਹੈਗੀ ਇਹ ਉਹ ਡਾਇਰੈਕਟ ਕਰ ਸਕਦੇ ਨੇ ਪਰਚਾ ਹੋਣਾ ਚਾਹੀਦਾ ਹੈਗਾ ਅੱਗੇ ਸਟੇਟ ਪੁਲਿਸ ਕੀ ਕਰਦੀ ਹੈ ਕੀ ਨਹੀਂ ਕਰਦੀ ਹੈ ਪਤਾ ਨਹੀਂ ਤਾਂ ਹੀ ਮੈਂ ਤੁਹਾਨੂੰ ਬੇਨਤੀ ਕੀਤੀ ਸਾਨੂੰ ਇਸ ਵਿਲੇ ਚਾਹੀਦੀ ਹੈਗੀ ਸਟੇਟਸਮੈਨਸ਼ਿਪ ਜੀ ਨਾਕੀ politix ਜੀ ਬਹੁਤ ਧੰਵਾਦ ਸਰ ਬਹੁਤ ਬਹੁਤ ਧੰਵਾਦ शुक्रिया जी शुक्रिया ਤਾਂ ਇਹ ਸਨ ਸਾਡੇ ਨਾਲ ਸ਼ਸ਼ੀਕਾਂਤ ਜੀ ਸਾਬਕਾ ਡੀਜੀਪੀ ਜਿਹੜੇ ਸਿੱਧੇ ਤੌਰ ਤੇ ਇਹ ਸਿਰਫ ਇਹ ਸਮਝਾ ਰਹੇ ਨੇ ਕਿ ਪਾਵਰਾਂ ਕੀ ਹੁੰਦੀਆਂ ਤੁਸੀਂ ਕਿਸ ਕਾਨੂੰਨ ਦੇ ਅਧੀਨ ਕੰਮ ਕਰਨਾ ਹੈ ਜਾਂ ਤੁਹਾਡੇ ਕੋਲੇ ਕੀ ਸ਼ਕਤੀਆਂ ਹੁੰਦੀਆਂ ਕਿਸੇ ਵੀ ਪੁਲਿਸ ਦੇ ਕੋਲ ਜੇਕਰ ਤੁਸੀਂ ਉਹਨੂੰ ਬ੍ਰੇਕਡਾਊਨ ਕਰਦੇ ਹੋ ਤਾਂ ਫਿਰ ਤੁਹਾਡੇ ਤੇ ਇਹ ਕਾਰਵਾਈ ਹੁੰਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਕੀ ਜਿਹੜੇ ਨੇ ਲੂਪ ਹੋਲ ਰਹੇ ਨੇ ਪੰਜਾਬ ਪੁਲਿਸ ਨੇ ਕੀ ਐਜੀ ਮਿਸਟੇਕ ਕਰਤੀ ਕੀ ਗਲਤੀ ਕਰਤੀ ਕਿ ਉਹਨਾਂ ਨੂੰ ਇਹ ਸਾਰੇ ਦਾ ਸਾਰਾ ਭੁਗਤਣਾ ਪੈ ਰਿਹਾ ਜਾਂ ਫਿਰ ਇਹ ਮਾਮਲਾ ਦੋ ਪਾਰਟੀਆਂ ਦੇ ਵਿਚਕਾਰ ਹੈ ਇਹ politically ਹੋ ਗਿਆ ਹੁਣ ਇਹ ਹਾਈ ਪ੍ਰੋਫਾਈਲ ਮਾਮਲਾ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਦੇਖਣਾ ਦਿਲਚਸਪ ਰਹੇਗਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾ ਹੁਰਦਾ ਅਨ ਮਿਊਟ ਚੰਡੀਗੜ੍ਹ